ਪੰਡੋਰੀ ਨੇ ਜਿਹੜਾ ਘਰ ਦਾ ਪਿੰਡ ਦਾ ਮਕਾਨ ਬਣਾਇਆ, ਇਹ ਤਾਂ ਤੁਹਾਨੂੰ ਨਜ਼ਰ ਆਉਂਦਾ ਨਾ ਕਿ ਵਧੀਆ ਮਕਾਨ ਬਣਾ ਲਿਆ, ਜਿਹੜੇ ਕਹਿੰਦੇ ਸੀ ਤਾਂ ਪੈਂਚਰਾਂ ਵਾਲੇ ਆਪਾਂ ਤਾਂ ਮਕਾਨ ਪੰਡੋਰੀ ਦਾ ਮੋਹਾਲੀ ਦੇ ਵਿੱਚ ਚੱਲ ਕੇ ਮਰਨਾ ਵੀ ਹੋਵੇ ਨਾ, ਪਰ ਮੈਂ ਅੱਜ ਹੀ ਆਰਤੀ ਜ਼ਮੀਨ ਮੈਂ ਟਰੇਸ ਕਰ ਰਿਹਾ, ਇਹਨੇ ਆਪਣੇ ਸਾਲੇ ਦੇ ਨਾਮ ਤੇ ਲਈ ਹੋਈ ਇੱਧਰ ਲੱਗੇ ਹੀ। ਪੰਡੋਰੀ ਸਾਹਿਬ ਤਾਂ ਛੱਡ ਕਿਤੇ ਰਿਸ਼ਤੇਦਾਰ ਦੇ ਨਾਂ ਤੇ ਵੀ ਮਰ ਲਾ ਜ਼ਮੀਨ ਮੋਹਾਲੀ ਚ ਦਿਖਾ ਦੇ, ਮੈਂ ਸਿਆਲ ਤੋਂ ਛੱਡੂਗਾ ਜੇ ਪਿਓ ਦਾ ਪੁੱਤਰ ਤੂੰ ਛੱਡ। ਉਹ ਨਰੇਗਾ ਦੀ ਲੇਬਰ ਦੇ ਨਾਲ ਉੱਥੇ ਕੰਮ, ਕੋਈ ਵੀਡੀਓਜ਼ ਆ ਪਰ ਮੈਂ ਜਾਣ ਕੇ ਨਹੀਂ ਚੁੱਕਿਆ ਵੀ ਚਲੋ ਕੋਈ ਗੱਲ ਨਹੀਂ ਘਰ ਬਣਾ ਰਿਹਾ ਆਪਣਾ। ਉਹ ਆਪਣੇ ਪੰਜਾਬੀ ਚ ਕਹਿੰਦਾ ਵੀ ਲੁਤਰੋ ਹੈ, ਜਿਹੜੀ ਸਾਰਾ ਦਿਨ ਝੂਠ ਜ਼ਬਾਨ ਬੋਲੀ ਜਾਂਦਾ ਰਹਿੰਦਾ। ਵੋਟਾਂ ਕਰਕੇ ਇਹਨੇ 4 ਤਰੀਕ ਤੋਂ ਬਾਅਦ ਇਹਨਾਂ ਦਿਸਣਾ ਨਹੀਂ ਹੈਗਾ, ਸਾਰੇ ਬਾਹਰ ਦੇ ਨੇ। ਆਪਦੀ ਕੋਈ ਹਾਲਤ ਨਹੀਂ, ਸੋ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਕਾਫੀ ਅੱਛੇ ਸੋਹਣੇ ਢੰਗ ਦੇ ਨਾਲ ਬਾਇੱਜ਼ਤ ਤਰੀਕੇ ਨਾਲ ਜਿੱਤਾਂਗੇ। ਸਰ, ਇੱਕ ਪੰਜਾਬ ਸਰਕਾਰ ਨੇ ਮੰਨਿਆ ਵੀ ਜਿਹੜੀ ਮੂਸੇਵਾਲਾ ਦੀ ਹੱਤਿਆ ਗਈ ਉਹਦੇ ਸਿਕਿਉਰਿਟੀ ਲੀਕ ਤੇ ਸਿਕਿਉਰਿਟੀ ਵਾਪਸ ਲੈਣ ਕਰਕੇ ਹੋਈ ਹੈ, ਇਹਦੇ ਬਾਰੇ ਤੁਹਾਡੀ ਕੀ? ਦੇਖੋ ਨਾ, ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਐਡਵੋਕੇਟ ਜਨਰਲ ਨੇ ਗੱਲ ਨੂੰ ਸਵੀਕਾਰਿਆ ਵਾ। ਹੁਣ ਸਵਾਲ ਆਉਂਦਾ ਵਾ ਕਿ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਦਾ ਮੁੱਦਾ ਲੀਕ ਕੀਤਾ ਸੀ, ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਆ, ਤੇ 24 ਘੰਟਿਆਂ 'ਚ ਗੈਂਗਸਟਰਸ ਤੇ ਸ਼ੂਟਰ ਨੇ ਉਹਨੂੰ ਕਤਲ ਕਰ ਦਿੱਤਾ। ਹੁਣ ਸੰਬਡੀ ਹੈਜ਼ ਟੂ ਬੀ ਹੈਲਡ ਅਕਾਊਂਟੇਬਲ। ਜਿਨ੍ਹਾਂ ਬਲਤੇਜ ਪੰਨੂ ਵਰਗੇ ਮੂਰਖ ਬੰਦੇ ਇਹਨਾਂ ਦੇ ਜਿਹੜੇ ਐਡਵਾਈਜ਼ਰ ਬਣੇ ਨੇ ਮੀਡੀਆ, ਉੱਥੇ ਪਰਚਾ ਦਰਜ ਹੋਣਾ ਚਾਹੀਦਾ। ਇਹਨਾਂ ਦੇ ਆਮ ਆਦਮੀ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤੀ ਉਹਦੀ ਸਿਕਿਉਰਿਟੀ ਡਿਟੇਲਸ, ਬਲਕਿ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਇਹ ਤੱਥ ਸਾਹਮਣੇ ਲਿਆਂਦੇ। ਸੋ ਹੁਣ ਜੇ ਕੋਈ ਇਨਸਾਫ ਦਾ ਨਾਮ ਹੈਗਾ, ਹੈ ਤਾਂ ਹੈ ਨਹੀਂ ਇੱਥੇ ਇਨਸਾਫ, ਲੇਕਿਨ ਅਗਰ ਕੋਈ ਇਨਸਾਫ ਨਾਮ ਦੀ ਚੀਜ਼ ਹੈ ਤਾਂ ਭਗਵੰਤ ਤੇ ਵੀ ਇਹਦਾ ਪਰਚਾ ਦਰਜ ਹੋਣਾ ਚਾਹੀਦਾ, ਅਦਰਵਾਈਜ਼ ਉਹ ਮਾਰਿਆ ਨਹੀਂ ਸੀ ਜਾਣਾ। ਔਰ ਜਿਹੜੀ ਬਾਕੀਆਂ ਨੇ ਗੁੰਡਾਗਰਦੀ ਇੱਥੇ ਕੀਤੀ ਹੋਈ ਆ, ਇਹਨਾਂ ਦੇ MLA ਨੇ ਜਿਹੜੇ ਕਹਿੰਦੇ ਲਫੇੜੇ ਮਾਰਾਂਗੇ, ਕੋਈ ਕਹਿੰਦਾ ਜੀ ਜਗਰਾਉਂ ਦੀ ਕੋਠੀ ਤੇ ਕਬਜ਼ਾ ਕਰ ਲਿਆ, ਕੋਈ ਕਟਾਰੂ ਚੱਕ ਬਣ ਗਿਆ, ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇ? ਇਕੱਲੇ ਖਹਿਰੇ ਦੀ ਕਾਰਵਾਈ ਕਿਉਂ ਹੋਈ ਆ? ਇਕੱਲੇ ਭਾਨੇ ਸਿੱਧੂ ਤੇ ਕਿਉਂ ਹੋ ਰਹੀ ਆ? ਇਕੱਲੇ ਕਾਂਗਰਸੀਆਂ ਦੇ, ਇਕੱਲੇ ਵਿਰੋਧੀਆਂ ਦੇ ਕੋਈ ਕਾਰਵਾਈ ਹੋ ਰਹੀ ਆ? ਇਸ ਕਰਕੇ ਇੱਥੇ ਇਨਸਾਫ ਪਸੰਦੀ ਦਾ ਨਾਮ ਦਾ ਕੋਈ ਮੈਨੂੰ ਚੀਜ਼ ਨਜ਼ਰ ਪੰਜਾਬ 'ਚ ਨਹੀਂ ਆ। ਗੋਲਡੀ ਦੇ ਜਾਣ ਦਾ ਕੋਈ ਫਰਕ ਪਊਗਾ ਚੋਣ ਜੰਮੇ ਨੂੰ? ਦੇਖੋ, ਗੋਲਡੀ ਨੇ ਜਿਹੜਾ ਆਦਮੀ ਇੱਕ ਦਿਨ ਪਹਿਲਾਂ ਸਾਡੇ ਹੱਕ ਵਿੱਚ ਨਾਰੇ ਲਾ ਰਿਹਾ ਵਾ ਤੇ ਲੋਕਾਂ ਨੂੰ ਕਹਿ ਰਿਹਾ ਵਾ ਕਿ ਖਹਿਰਾ ਇੱਕ ਫਾਈਟਰ ਆ, ਖਹਿਰਾ ਇੱਕ ਅੱਛਾ ਬੁਲਾਰਾ ਵਾ, ਤੇ ਡੇਢ ਦਿਨ ਬਾਅਦ ਉਹ ਜਦੋਂ ਚੱਲ ਜਾਂਦਾ, ਫਿਰ ਸਾਨੂੰ ਇਹੀ ਸਮਝ ਆਇਆ ਕਿ ਉਹਨੂੰ ਜਿਹੜੇ ਉਹਦੇ ਮੁਕੱਦਮਿਆਂ ਦੀ ਜਾਂਚ ਕਰ ਰਹੀ ਸੀ ਪੁਲਿਸ, ਉਹਦੇ ਤੋਂ ਡਰਦਾ ਉਹ ਗੁੱਡੇ ਟੇਕ ਗਿਆ। ਸੋ ਉਹ ਉਸਦਾ ਉਸਨੂੰ ਮੁਬਾਰਕਬਾਦ ਆ। ਅਸੀਂ ਇੱਥੇ ਲੜਦੇ ਭਿੜਦੇ ਪੰਜਾਬ ਲਈ ਖੜੇ ਹਾਂ, ਗਾਂ ਇੱਦਾਂ ਹੀ ਖੜੇ ਰਹਿਣੇ। ਕੁਛ ਇੱਦਾਂ ਦੇ ਵਿਅਕਤੀਆਂ ਨਾਲ ਪਾਰਟੀ ਛੱਡ ਕੇ ਜਾਣ ਨਾਲ ਕੋਈ ਬਹੁਤਾ ਜ਼ਿਆਦਾ ਅੰਤਰ ਨਹੀਂ। ਭਗਵੰਤ ਮਾਨ ਦੇ ਆਪਣੇ ਐਫੀਡੇਵਿਟ ਦੇ ਵਿੱਚ 9 ਤੋਲੇ ਸੋਨਾ ਵਾ, ਤੇ ਹੁਣ ਤਾਂ ਉਹਨਾਂ ਦੇ ਪਰਿਵਾਰ ਦੀਆਂ ਬਾਹਾਂ ਇੱਥੇ ਤਾਂ ਕਿਲੋਆਂ ਨਾਲ ਲੱਗੀਆਂ ਹੋਣੀਆਂ। ਪਾਇਆ ਉਹਨਾਂ ਨੇ ਵੱਡਿਆਂ ਨੇ, ਉਹ ਪਾਈਏ ਦਾ ਤਾਂ ਖੰਡਾ ਹੀ ਪਾਇਆ, ਕਿਸੇ ਨੇ ਜ਼ੂਮ ਇਨ ਕਰਕੇ ਫੋਟੋ ਮੈਨੂੰ ਭੇਜੀ। ਇਹ ਦੱਸਣਗੇ ਕਿ ਇੰਨਾ ਕਿਲੋਆਂ ਦੇ ਹਿਸਾਬ ਨਾਲ ਸੋਨਾ ਹੋਣਾ ਕੋਈ ਤਾਂ ਨੰਬਰ 1 ਮਾਣੂ ਕੇ ਨੇ ਕੋਠੀ NRI ਦੇ ਜਗਰਾਉਂ ਦੀ ਕਿਉਂ ਦੱਬੀ, ਜਿਹੜੀ ਖਹਿਰੇ ਨੇ ਵਾਪਸ ਛਡਾਈ ਉੱਤੇ ਪਰਚਾ ਦਰਜ ਕਿਉਂ ਨਹੀਂ ਕੀਤਾ? ਕਟਾਰੂ ਚੱਕ ਵੱਧ ਫੈਲੀਆਂ ਕਰਦਾ, ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ? ਕਿਹੜਾ MLA ਜਿਹੜਾ ਕੋਠੀ ਨਹੀਂ ਬਣਾ ਰਿਹਾ? ਜਗਰਾਉਂ ਦੀ MLA ਜਗਰਾਉਂ ਦੇ ਪੁਲ ਦੇ ਲਾਗੇ ਜਾ ਕੇ ਉਹ ਕਰੋੜਾਂ ਦੀ ਕੋਠੀ ਬਣਾ ਰਹੀ। ਜਗਦੀਪ ਕੰਬੋਜ ਬੱਸ ਅੱਡੇ ਦਾ ਥਾਂ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ। ਉਹ ਦੂਜਾ ਸ਼ਾਇਦ ਫਾਜ਼ਿਲਕਾ ਦਾ MLA ਪਤਾ ਨਹੀਂ ਕਿੰਨੀ ਥਾਂ ਘੇਰ ਕੇ, ਇੱਕ ਇਹਨਾਂ ਦਾ MLA ਹਰਮੀਤ ਪਠਾਨ ਮਾਜਰਾ ਇੱਕ ਕੇਬਲ ਨੈਟਵਰਕ ਦੇ ਵਪਾਰ ਨੂੰ ਹੜਪ ਲੈਣ ਲੱਗਿਆ ਸੀਗਾ, ਉਹਨਾਂ ਨੂੰ ਕਹਿੰਦਾ ਸਾਰਾ ਮੇਰੇ ਹਵਾਲੇ ਕਰ ਦਿਓ, ਨਹੀਂ ਕਰੋਗੇ ਤਾਂ ਤੁਹਾਡੇ ਤੇ ਪਰਚੇ ਦਰਜ। ਉਹ ਬੰਦਿਆਂ ਤੇ ਮਾਲਕ ਤੇ 35 ਪਰਚੇ ਦਰਜ ਕਰਕੇ ਦੇਸ਼ੋਂ ਭਜਾਤਾ ਉਹਨਾਂ ਨੇ। ਇੱਦਾਂ ਦੇ MLA ਤੁਸੀਂ ਚਾਹੁੰਦੇ ਹੋ ਕਿ ਇੱਦਾਂ ਦੇ MLA ਪੰਜਾਬ? ਔਰ ਕੁਲਵੰਤ ਪੰਡੋਰੀ ਨੇ ਜਿਹੜਾ ਘਰ ਦਾ ਪਿੰਡ ਦਾ ਮਕਾਨ ਬਣਾਇਆ, ਇਹ ਤਾਂ ਤੁਹਾਨੂੰ ਨਜ਼ਰ ਆਉਂਦਾ ਨਾ ਕਿ ਵਧੀਆ ਮਕਾਨ ਬਣਾ ਲਿਆ, ਜਿਹੜੇ ਕਹਿੰਦੇ ਸੀ ਤਾਂ ਪੈਂਚਰਾਂ ਵਾਲੇ ਆਪਾਂ ਤਾਂ ਰੇਹੜੀਆਂ ਵਾਲੇ ਹੈਗੇ ਨੇ, ਉਹ ਪੈਸੇ ਕਿੱਥੋਂ ਆਏ ਦੱਸੇ ਜ਼ਰਾ? ਔਰ ਨਰੇਗਾ ਦੀ ਲੇਬਰ ਦੇ ਨਾਲ ਉੱਥੇ ਕੰਮ, ਕੋਈ ਵੀਡੀਓਜ਼ ਆ ਪਰ ਮੈਂ ਜਾਣ ਕੇ ਨਹੀਂ ਚੁੱਕਿਆ ਵੀ ਚਲੋ ਕੋਈ ਗੱਲ ਨਹੀਂ ਘਰ ਬਣਾ ਰਿਹਾ ਆਪਣਾ।
ਇਹਨਾਂ ਦੇ ਕੋਲ 11 ਕਿੱਲੇ ਜ਼ਮੀਨ ਮੈਂ ਟਰੇਸ ਕਰ ਰਿਹਾ, ਇਹਨੇ ਆਪਣੇ ਸਾਲੇ ਦੇ ਨਾਮ ਤੇ ਲਈ ਹੋਈ ਇੱਧਰ ਲਾਗੇ ਹੀ ਸ਼ਾਇਦ ਰਾਏਕੋਟ ਰੂਪਗੜ ਦੇ ਵਿੱਚ। ਕੁਛ ਨਾ ਕੁਛ ਹੋਰ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਇੱਕ ਕਹਿੰਦਾ ਕੁਛ ਹੈਗਾ ਸਾਡੇ ਜੀ। ਇੱਕ ਕੁਲਵੰਤ ਪੰਦੋਰੀ ਕਹਿੰਦਾ ਵੀ ਖੈਰਾ ਸਾਹਿਬ ਮੈਨੂੰ ਕਹਿੰਦੇ ਹੁੰਦੇ ਵੀ ਤੇਰਾ ਮੈਂ ਆਸਾਨ ਜ਼ਿੰਦਗੀ ਭਰ ਨਹੀਂ ਭੁੱਲਦਾ, ਵੀ ਹੁਣ ਮੇਰੇ ਖਿਲਾਫ ਇਸ ਤਰ੍ਹਾਂ ਬੋਲਣ ਲੱਗ ਗਏ ਜੀ। ਨਹੀਂ ਮੈਂ ਤਾਂ ਕਿਸੇ ਦੇ ਖਿਲਾਫ ਨਹੀਂ ਬੋਲ ਰਿਹਾ, ਇਹ ਗਲਤ ਕੰਮ ਨਾ ਕਰਨ, ਕਟਾਰੂ ਚੱਕ ਨਾ ਬਣਦਾ, ਮੈਂ ਉਹਦੇ ਖਿਲਾਫ ਕੀ ਲੈਣਾ, ਮੈਂ ਤਾਂ ਜਾਣਦਾ ਵੀ ਨਹੀਂ ਉਸ ਬੰਦੇ ਨੂੰ। ਜਿਹੜਾ ਜਿਹੜੇ ਮੰਤਰੀ ਤੇ ਇਹਨਾਂ ਦੇ ਸੰਤਰੀ ਤੇ MLA ਇਹ ਆਪਣਾ ਬੰਦਿਆਂ ਵਾਂਗੂ ਕੰਮ ਕਰਨ ਤੇ ਮੈਂ ਕਿਸੇ ਦੇ ਖਿਲਾਫ ਬੋਲ ਕੇ ਮੈਨੂੰ ਕੀ ਲੋੜ ਪਈ ਹੈ ਇਸ ਗੱਲ ਦੀ, ਜਦੋਂ ਇਹ ਗਲਤ ਕੰਮ ਕਰਦੇ ਨੇ। ਜਿਹੜੇ ਕੁਲਵੰਤ ਨੂੰ ਤੁਸੀਂ ਕਦੋਂ ਬੋਲਦੇ ਦੇਖਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਂ ਬਾਹਰ ਕਿਸੇ ਸਿੱਧੂ ਮੂਸੇਵਾਲੇ ਦੇ ਹੱਕ ਸ਼ਾਹ ਦਾ ਨਾਰਾ ਮਾਰਿਆ, ਸ਼ੁਭਕਰਨ ਮਰਿਆ ਉਹਦੇ ਹੱਕ 'ਚ, ਵਿੱਚੇ ਮੀਤ ਵੀ ਕਦੀ ਕਿਸਾਨ ਅੰਦੋਲਨ ਦੇ ਹੱਕ 'ਚ ਕਿਤੇ ਗਏ ਹੋਣ, ਕਦੀ ਕਿਸੇ ਸ਼ਰਾਬ ਨਾਲ ਮਰ ਗਏ ਬੰਦੇ ਨੂੰ ਪੁੱਛੋ ਤੇਰੇ ਲਾਗੇ ਮਰਿਆ ਗੁਜਰਾ ਪਿੰਡ ਵਿੱਚ ਗਿਆ, ਉੱਥੇ ਤੁਹਾਡੀ ਭਾਈਚਾਰੇ ਦੇ SC ਭਾਈਚਾਰੇ ਦੇ ਖਹਿਰਾ ਗਿਆ, ਉੱਥੇ ਖਹਿਰਾ ਸਾਰੇ ਥਾਈ ਗਿਆ। ਤੇ ਜੇ ਤੁਸੀਂ MLA ਬਣ ਕੇ ਤੇ ਗੱਡੀਆਂ ਝੁੱਟਣੀਆਂ ਤੇ ਝੰਡੀਆਂ ਹਲਾਉਣੀਆਂ ਤੇ ਗਨਮੈਨ ਨਾਲ ਰੱਖਣੇ ਆ, ਫਿਰ ਖਹਿਰੇ ਨੂੰ ਤਾਂ ਤੁਹਾਡੇ ਖਿਲਾਫ਼ ਬੋਲਣਾ ਹੈ। ਡੋਰੀ ਸਾਹਿਬ ਤੋਂ ਪੁੱਛਿਆ ਨੀ, ਮੈਂ ਉਦੋਂ 10,000 ਦੇ ਇਕੱਠ ਚ ਬਿਨਾਂ ਪੁੱਛੇ ਪੰਡੋਰੀ ਸਾਹਿਬ ਤੋਂ, ਵਿਸ਼ਵਾਸ ਨਾ ਹੋਵੇ ਕੋਈ ਏਡੀ ਜ਼ਿੰਮੇਵਾਰੀ ਲੈਂਦਾ ਨੀ ਹੁੰਦਾ ਸਿਆਸੀ ਬੰਦਾ, ਮੈਂ ਬਿਨਾਂ ਪੁੱਛੇ ਸਟੇਜ ਤੋਂ ਕਿਹਾ, ਮੈਂ ਕਿਹਾ ਪੰਡੋਰੀ ਸਾਹਿਬ ਤਾਂ ਛੱਡ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਵੀ ਮਰ ਲਾ ਜ਼ਮੀਨ ਮੋਹਾਲੀ ਚ ਦਿਖਾ ਦੇ, ਮੈਂ ਸਿਆਸਤ ਛੱਡੂਗਾ ਜੇ ਪਿਓ ਦਾ ਪੁੱਤ ਤੂੰ ਛੱਡ, ਕਿਉਂਕਿ ਉਹਦੇ ਕੋਲ ਹੋਰ ਕੁਛ ਨੀ, ਕੱਲੀ ਉਹ ਆਪਣੇ ਪੰਜਾਬੀ ਚ ਕਹਿੰਦਾ ਵੀ ਲੁਤਰੋ ਹੈ, ਜਿਹੜੀ ਸਾਰਾ ਦਿਨ ਝੂਠ ਜ਼ੁਬਾਨ ਬੋਲੀ ਜਾਂਦਾ ਰਹਿੰਦਾ। ਸੋ ਭਰਾਵੋ ਬੜੀ ਇਮਾਨਦਾਰੀ ਦੇ ਨਾਲ ਖਹਿਰਾ ਸਾਹਿਬ, ਜੇ ਕੁਲਵੰਤ ਪੰਡੋਰੀ ਦਾ ਕਿਸੇ ਰਿਸ਼ਤੇਦਾਰ ਦਾ ਮੋਹਾਲੀ ਦੇ ਵਿੱਚ ਚੱਲ ਕੇ ਮਰਨਾ ਵੀ ਹੋਵੇ ਨਾ, ਪਰ ਮੈਂ ਅੱਜ ਹੀ ਰਾਜਨੀਤੀ ਛੱਡਦਾ, ਮੇਰਾ ਇਸ਼ਾ ਨਹੀਂ ਲੱਗਦਾ ਹੈਗਾ। ਜੋ ਕਹਿਣ ਦਾ ਭਾਵ ਇਹ ਨਹੀਂ ਸੀ ਨਾ, ਵੋਟਾਂ ਕਰਕੇ ਆਏ ਨੇ, 4 ਤਰੀਕ ਤੋਂ ਬਾਅਦ ਇਹਨਾਂ ਨੂੰ ਦਿਸਣਾ ਨਹੀਂ ਹੈਗਾ, ਸਾਰੇ ਬਾਅਦ ਪਿੰਡਾਂ ਨੂੰ ਇੱਕ ਦੂਜੇ ਦੀ ਸ਼ਰਮ ਹੁੰਦੀ ਹੈ ਜਾਂ ਵੀ ਨਿੱਤ ਮਿਲਣਾ, ਝੂਠ ਤਾਂ ਬੋਲ ਨਹੀਂ ਸਕਦੇ, ਇਹਨਾਂ ਨੂੰ ਪਤਾ ਵੀ ਜੋ ਮਰਜ਼ੀ ਕਹਿ ਦਿਓ, ਪਰ ਖਹਿਰਾ ਸਾਹਿਬ ਨੂੰ ਇਹ ਨਹੀਂ ਪਤਾ ਵੀ ਇੱਥੋਂ ਇਹ ਗੈਰਤਮੰਦ ਲੋਕਾਂ ਦੀ ਧਰਤੀ ਹੈ, ਇੱਥੋਂ ਅਮਰ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਬੱਚਾ ਪੈਦਾ ਹੋਇਆ, ਸੰਤਰਾਮ ਦਾਸੀ ਵਰਗੇ ਪੈਦਾ ਹੋਇਆ। ਇਸ ਕਰਕੇ ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ, ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ।